ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਬਲੌਗਰ ਰਿਤਿਕਾ ਸ਼ਰਮਾ ਰੀਅਲ ਲਾਈਫ। ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਗੋਲਡ ਦੀ ਬਲੀਚ ਪਿਓਰ ਰੂਟਸ ਦੀ, ਤੇ ਅਸੀਂ ਘਰ ਵਿੱਚ ਬਲੀਚ ਕਿਸ ਤਰ੍ਹਾਂ ਕਰ ਸਕਦੇ ਹਾਂ। ਇਹ ਗੋਲਡ ਦੀ ਬਲੀਚ ਹੈ ਪਿਓਰ ਰੂਟਸ। ਜਿੰਨੀ ਤੁਹਾਨੂੰ ਬਲੀਚ ਕਰਨੀ ਆ, ਮੈਂ ਇਕੱਲੇ ਫੇਸ ਫੇਸ ਤੇ ਕਰਨੀ ਆ, ਆਪਣੇ ਹਿਸਾਬ ਨਾਲ ਦੇ ਸਕਦੇ ਹੋ ਤੁਸੀਂ। ਐਕਟੀਵੇਟਰ ਮੈਂ ਐਕਟੀਵੇਟਰ ਥੋੜਾ ਘੱਟ ਪਾਉਂਦੀ ਹਾਂ, ਮੇਰੀ ਸਕਿਨ ਸੈਂਸਿਟਿਵ ਆ, ਇਸ ਕਰਕੇ ਮੈਂ ਐਕਟੀਵੇਟਰ ਦਾ ਘੱਟ ਇਸਤੇਮਾਲ ਕਰਦੀ ਹਾਂ। ਤੁਸੀਂ ਆਪਣੀ ਸਕਿਨ ਦੇ ਹਿਸਾਬ ਨਾਲ ਕਰ ਸਕਦੇ ਹੋ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ। ਮੈਂ ਸਿਰਫ ਫੇਸ ਫੇਸ ਤੇ ਲਗਾਉਣੀ ਹੈ, ਇਸ ਲਈ ਮੈਂ ਥੋੜੀ ਘੱਟ ਲਈ ਹੈ। ਤੁਸੀਂ ਗਰਦਨ ਤੇ ਲਗਾਉਣੀ ਹੈ ਤਾਂ ਤੁਸੀਂ ਜ਼ਿਆਦਾ ਵੀ ਲੈ ਸਕਦੇ ਹੋ। ਇਹ ਚੰਗੀ ਤਰ੍ਹਾਂ ਮਿਕਸ ਕਰਕੇ ਫੇਸ ਸਾਡਾ ਸਾਫ ਹੋਣਾ ਚਾਹੀਦਾ, ਫੇਸ ਵਾਸ਼ ਕੀਤਾ ਹੋਣਾ ਚਾਹੀਦਾ। ਤੁਹਾਡੇ ਕੋਲ ਜਿਹੜਾ ਵੀ ਹੇਅਰ ਬੈਂਡ ਆ ਉਹ ਤੁਸੀਂ ਲਗਾ ਸਕਦੇ ਹੋ। ਮੇਰੇ ਕੋਲ ਇਹ ਸੀਗਾ, ਮੈਂ ਲਗਾ ਲਿਆ ਤੇ ਆਪਣੇ ਸਾਰੇ ਵਾਲ ਇੱਦਾਂ ਚੰਗੀ ਤਰ੍ਹਾਂ ਇਹਦੇ ਵਿੱਚਾਣੇ ਚਾਹੀਦੇ ਆ ਤਾਂ ਕਿ ਸਾਨੂੰ ਬਲੀਚ ਲਗਾਉਣ 'ਚ ਆਸਾਨੀ ਰਹੇ। ਜੋ ਵੀ ਤੁਸੀਂ ਏਅਰਿੰਗ ਵਗੈਰਾ ਪਾਏ ਹੋਏ ਆ ਉਹਨਾਂ ਨੂੰ ਉਤਾਰ ਦਿਓ, ਮੈਂ ਆਪਣੇ ਉਤਾਰ ਚੁੱਕੀ। ਜਿੱਥੇ ਤੁਹਾਡੇ ਸਭ ਤੋਂ ਵੱਧ ਵਾਲ ਆ ਪਹਿਲਾਂ ਤੁਸੀਂ ਉੱਥੇ ਲਗਾ ਲਿਓ। ਜਿੱਥੇ ਬਿੱਲ ਸਾਡੇ ਜ਼ਿਆਦਾ ਵਾਲ ਹੁੰਦੇ ਨਾ ਸਕਿਨ ਤੇ, ਪਹਿਲਾਂ ਉੱਥੇ ਲਗਾਉਣੀ ਚਾਹੀਦੀ ਹੈ, ਉੱਥੇ ਜ਼ਿਆਦਾ ਅਸਰ ਹੁੰਦਾ ਪਹਿਲਾਂ ਲਗਾਉਣ ਨਾਲ। ਤੁਸੀਂ ਚਾਹੇ ਬ੍ਰਸ਼ ਨਾਲ ਵੀ ਲਗਾ ਸਕਦੇ ਹੋ, ਮੈਂ ਹੱਥ ਨਾਲ ਹੀ ਕੰਫਰਟੇਬਲ ਹਾਂ, ਮੈਂ ਹੱਥ ਨਾਲ ਹੀ ਲਗਾਉਂਦੀ ਹਾਂ। ਅੱਖ ਦੇ ਬਿਲਕੁਲ ਨੇੜੇ ਨਹੀਂ ਲਗਾਉਣੀ, ਬਸ ਇਹ ਨਹੀਂ ਗਲਤ ਲਗਾਉਣੀ। ਥਰੇਡਿੰਗ ਤੋਂ ਥੋੜ੍ਹਾ ਜਿਹਾ ਦੂਰ ਰੱਖਣਾ। ਆਹ ਜਿੱਦਾਂ ਨਾਲ ਲੱਗਿਆ ਇੱਕਦਮ ਦੇ ਕੁਛ ਨਹੀਂ ਹੁੰਦਾ ਵਾਲਾਂ ਨੂੰ, ਜੇ ਲੱਗਿਆ ਰਿਹਾ ਤਾਂ ਫਿਰ ਵਾਲ ਬਰਾਊਨ ਹੋ ਜਾਂਦੇ। ਸਾਡੀ ਅੱਖਾਂ ਦੀ ਸਕਿਨ ਨਾਜ਼ੁਕ ਹੁੰਦੀ ਹੈ ਨਾ, ਇਸ ਕਰਕੇ ਦੂਰ ਰੱਖਣੀ ਹੈ ਬਲੀਚ।
ਬਲੀਚ ਤਿਆਰ ਕਰਕੇ ਨਾਲ ਦੀ ਨਾਲ ਫੇਸ ਤੇ ਲੱਗਣੀ ਚਾਹੀਦੀ ਹੈ, ਉਹਨੂੰ ਰੱਖਣਾ ਨਹੀਂ ਹੈਗਾ ਇੱਕ ਸਕਿਨ ਤੇ। ਥੋੜ੍ਹੀ ਜਿਹੀ ਬਚ ਗਈ, ਇਸ ਲਈ ਮੈਂ ਬਰਤਨ 'ਤੇ ਵੀ ਲਗਾ ਲੈਣੀ। ਕਿੰਨਾ ਦੇ ਵੀ ਲਗਾ ਲਓ ਇੱਕ ਬਰਾਬਰ ਦੇ ਕਲਰ ਹੋਵੇਗਾ ਸਕਿਨ। ਪੱਖਾ ਲੱਗਿਆ ਜਦੋਂ ਪਸੀਨੇ ਆਉਣ ਨਾਲ ਨਾ ਬਲੀਚ ਹੋਰ ਤਰ੍ਹਾਂ ਹੁੰਦੀ ਹੈ। ਮੈਂ ਇਹਨੂੰ 15 ਮਿੰਟ ਰੱਖਣਾ, ਜੇ ਤੁਹਾਡੀ ਸਕਿਨ 'ਤੇ ਜਲਣ ਹੋ ਰਹੀ ਐਕਟੀਵੇਟਰ ਦੇ ਪਾਉਣ ਨਾਲ ਤੇ ਤੁਸੀਂ 10 ਮਿੰਟ ਰੱਖਿਓ, ਜ਼ਿਆਦਾ ਨਾ ਰੱਖਿਓ ਫਿਰ ਸਕਿਨ ਖਰਾਬ ਹੋ ਜਾਂਦੀ ਆ। ਮਿਲਦੀ ਆ ਮੈਂ ਫੇਸ ਵਾਸ਼ ਕਰਨ ਤੋਂ ਬਾਅਦ। ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਅਤੇ ਮਿਲਦੀ ਆ ਫਿਰ ਆਉਣ ਵਾਲੀ ਵੀਡੀਓ 'ਚ, ਅਤੇ ਮੈਂ ਇਸ ਤੋਂ ਬਾਅਦ ਫੇਸ਼ੀਅਲ ਦੀ ਵੀਡੀਓ ਪਾਉਣੀ ਹੈ, ਜ਼ਰੂਰ ਦੇਖਿਓ। ਬਾਏ।